ਹਰਸਿਮਰਨ ਸਿੰਘ ਨੰਬਰਦਾਰ ਪਿੰਡ ਮੂਦਲ ਜੀ। ਕੀ ਲੰਬੜਦਾਰ ਸਾਹਿਬ ਕੀ ਗੱਲ ਹੋਈ ਹੈ ਜੀ? ਰਾਤੀ ਤੇ ਪਤਾ ਲੱਗਾ ਜੀ, ਰਾਤੀ 9 ਵਜੇ ਤੋਂ ਬਾਅਦ ਝਗੜਾ ਆਇਆ ਜੀ। ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਡਮ ਉੱਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਡਮ ਦੇ ਗਲ ਪੈ ਗਏ ਆ, ਉਹਨੇ ਨੰਗੀਆਂ ਤਲਵਾਰਾਂ, ਉਹਨਾਂ ਕੋਲ ਦਾਤਰ ਸੀ, ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ, ਨਾਸ਼ ਕੀਤਾ ਵਾ, ਠੇਕੇ ਤੋਂ ਸ਼ਰਾਬ ਪੀ ਕੇ ਬਾਹਰ ਆ ਕੇ ਝਗੜਾ ਕਾਂਡਿਆ ਪਿਆ ਤੇ ਉਹਨਾਂ ਸੜਕ ਜਾਮ ਕੀਤੀ ਸੀ ਤੇ ਉਹਦੇ ਕਾਰਨ ਜਿਹੜਾ ਮੈਡਮ ਨੂੰ ਰਾਤੀ ਬਹੁਤ ਜ਼ਿਆਦਾ ਸੱਟ ਲੱਗੀ ਆ, ਮੈਡਮ ਦੇ ਕਿਰਪਾਨਾ ਰਾਤੀ 10 ਵਜੇ ਆ, ਮੈਡਮ ਨਾਲ ਮੁੰਡਾ ਅਮਰਵੀਰ ਆ, ਨਾਲ ਉਹਨੂੰ ਬਹੁਤ ਜ਼ਿਆਦਾ ਸੱਟ ਲੱਗੀ ਆ ਜੀ। ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ, ਮੁੱਖ ਮੰਤਰੀ ਸਾਹਿਬ ਨੂੰ, ਇਹ ਜਿਹੜੇ ਦੋਸ਼ੀ ਆ ਇਹਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ, ਜਿਹੜੀ ਇੱਕ ਬੀਬੀ ਢਾਉਣ ਡਈ ਆ, ਉਹਨਾਂ ਕੋਲ ਆਣ ਕੇ ਇਹਨੂੰ ਬਾਰਕੋਟ ਨਹੀਂ ਕੀਤੀ, ਸਿਰਫ ਇਹਨੂੰ ਠੱਲ ਪਾਉਣ ਵਾਸਤੇ ਵੀ ਖੋਜੋ ਨਾ ਝਗੜਾ ਕਰੋ, ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰਤਾ ਵਾ ਜਿਹੜੇ ਦੋਸ਼ੀ ਆ। ਬੋਤਲਾਂ ਚਲਾਈਆਂ ਜੀ, ਦਾਤਰ ਉਹਨਾਂ ਨੇ ਸ਼ਰਿਆਂ ਮੋਟਰਸਾਈਕਲ ਇੱਥੇ ਘੁਮਾਇਆ ਜੀ, ਸੜਕ ਦੇ ਉੱਤੇ ਉਹਨਾਂ ਜਾਮ ਕੀਤਾ ਸੀ ਰਾਤੀ ਜੀ। ਕੀ ਹੋਇਆ, ਕੀ ਹੈ ਕਾਰਨ, ਕੀ ਮੰਨ ਰਹੇ ਕਾਰਨ ਹੋਇਆ ਕੀ ਹੈ? ਕਾਰਨ ਇਹ ਸ਼ਰਾਬ ਪੀ ਕੇ ਝਗੜਾ ਕਰਦੇ ਸੀ, ਮੈਡਮ ਬਾਈਪਾਸ ਤੇ ਆਪਣੀ ਗਸਤਵਾ ਤੇ ਆਏ ਸੀ ਤੇ ਨਾਲ ਮੈਡਮ ਦੇ ਇੱਕੋ ਜਿਹੜਾ ਹੈਗਾ ਸੀ, ਨਾਲ ਉਹਨਾਂ ਦੇ ਏਐਸਆਈ ਮੁੰਡਾ ਅਮਰਵੀਰ, ਇਹਨਾਂ ਦੋਵੇਂ ਵਿਚਾਰੇ ਕਾਬੂ ਆ ਗਏ। ਸਿਵਲ ਭਰਤੀ ਸੀ ਮੈਂ, ਸਿਵਲ ਭਰਤੀ ਸੀ ਜੀ। ਲੱਗਦਾ ਕਿ ਇੱਕ ਮਹਿਲਾ ਵੱਲੋਂ ਜਦੋਂ ਰੋਕਿਆ ਗਿਆ ਤੇ ਉਹਨਾਂ ਨੂੰ ਰੋਕਣਾ ਚਾਹੀਦਾ ਸੀ? ਬਿਲਕੁਲ ਜੀ, ਬਿਲਕੁਲ। ਇੱਕ ਮੰਨ ਲਓ ਤੁਹਾਨੂੰ ਔਰਤ ਹੱਥ ਦੇਣੀ ਵੀ ਨਾ ਝਗੜਾ ਕਰੋ, ਰੁਕ ਜਾਓ, ਆਪਾਂ ਉਹ ਤੇ ਫਿਰ ਦਾਤਮਾ ਸ਼ੁਰੂ ਕਰ ਦਿੱਤੇ ਆ, ਉਹ ਤੇ ਕਿਰਪਾਨਾ ਦਾ ਹਮਲਾ ਕੀਤਾ ਵਾ, ਬੜੀ ਦੁੱਖ ਵਾਲੀ ਗੱਲ ਹੈ ਜੀ। ਸਾਡੇ ਬਹੁਤ ਵਧੀਆ ਅਫਸਰ ਜੀ, ਇਹਨਾਂ ਨੇ ਵੇਰਕੇ ਦੇ ਵਿੱਚ ਨਸ਼ੇ ਨੂੰ ਇਹ ਜੀ ਠੰਡ ਪਾਈ ਆ, ਥਾਣੇ ਵੇਰਕੇ ਦੇ ਵਿੱਚ ਨਸ਼ਾ, ਲੋਕ ਕਈ ਤੇ ਛੱਡ ਕੇ ਪਿੰਡ ਛੱਡ ਕੇ ਭੱਜ ਗਿਆ ਨਸ਼ੇ ਤੋਂ, ਵੀ ਮੈਡਮ ਆ ਸਰ ਤੇ ਬਹੁਤ ਆ ਨਸ਼ਾ ਛੱਡ, ਇਹ ਨਸ਼ਾ ਬੰਦ ਹੀ ਕਰ ਦੇਣਾ। ਅਸੀਂ ਬਿਲਕੁਲ ਜੀ ਮਿਹਮਾਨ ਕਰਦੇ ਸਰਕਾਰ ਗਾੜੀ, ਆਪਣੇ ਕੁਹਿੰਦਰ ਸਾਹਿਬ ਗਾੜੀ, ਵੀ ਜਿਹੜੇ ਦੋਸ਼ੀ ਫੜ ਗਏ ਇਹਨਾਂ ਸਜ਼ਾ ਵੱਧ ਤੋਂ ਵੱਧ ਦਿੱਤੀ ਜਾਵੇ, ਇਹਨਾਂ ਨੂੰ ਇਹਨਾਂ ਪਤਾ ਕੀਤਾ ਜਾਵੇ। SHO ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੂਦਲ ਪਿੰਡ ਲੜਾਈ ਹੋਣ ਡੀ ਆ, ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੂਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛ ਗਿੱਛ ਦੇ ਦੌਰਾਨ ਬੰਦਾ ਫੜਿਆ ਸੀਗਾ ਤੇ ਉਹਨਾਂ ਅੱਗੋਂ ਮੈਂ SHO ਸਾਹਿਬ ਤੇ ਹਮਲਾ ਕਰਤਾ। ਕਾਫੀ ਸੱਟ ਲੱਗੀ ਹੋਈ ਹੁਣ ਅਮਨਦੀਪ ਹਸਪਤਾਲ ਐਡਮਿਟ, ਨਹੀਂ ਨਹੀਂ ਇੱਦਾਂ ਦੀ ਨਹੀਂ ਕੋਈ ਗੱਲ। ਹਾਂਜੀ ਸਰ, ਰੇਡ ਕਰਨ ਹੀ ਗਏ, ਲੜਾਈ ਝਗੜਾ ਹੋਇਆ ਸੀ ਉਹਦੇ ਸੰਬੰਧ 'ਚ, ਇਤਲਾਹ ਆਈ ਤੇ ਉਹ ਮਤਲਬ ਉੱਥੇ ਉਹਦੇ ਸੰਬੰਧ 'ਚ ਗਏ। ਹਾਂਜੀ, ਕਿੰਨੇ ਵਿਅਕਤੀ ਸੀਗੇ ਮੌਕੇ ਤੇ ਜਿਨ੍ਹਾਂ ਨੇ ਹਮਲਾ ਕੀਤਾ? ਪਤਾ ਨਹੀਂ ਸਰ, ਇਹ ਨਾਈਟ ਮੁਨਸ਼ੀ ਨੂੰ ਪਤਾ ਹੋਣਾ, ਮੇਰੇ ਤੇ ਦੇਖ। ਮੇਰਾ ਲੇਡੀ ਹੈਡ ਕਾਂਸਟੇਬਲ ਸਿਮਰਨ ਜੀ। ਪਰਚਾ ਦਰਜ ਕਰ ਦਿੱਤੇ? ਹਾਂਜੀ, ਉਹਨਾਂ ਤੇ ਪਰਚਾ ਦਰਜ ਕੀਤਾ। ਹਾਂਜੀ, ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਕਿਹੜੇ ਥਾਣੇ ਤੋਂ ਕੀਤਾ ਗਿਆ ਪਰਚਾ ਦਰਜ? ਹਾਂਜੀ, ਇਹ ਤੋਂ ਵੇਰਕੇ ਥਾਣੇ ਤੋਂ।